ਜਿਹੜੇ ਵੇਲੇ ਭੈਣ ਭਰਾ ਦੀ ਕੰਨ ਪਿੱਛੇ ਆਈਏ, ਮੇਰੇ ਇਮਾਮ ਗਰਦਨ ਝੁਕਾਈ, ਭਰਾ ਦੀ ਗਰਦਨ ਦੀਆਂ ਦੋਹੇ ਜਾਈ ਖਾਲੀ ਨਜ਼ਰ ਆਈਏ। ਇੰਜ ਬੋਸਾ ਲੈ ਕੇ ਮੇਰੇ ਯਾਕ ਆਜ਼ਾਦੀ ਫਰਮੇਦੀ ਹੁਣ ਲੱਗਾ ਵੰਜ। ਹੁਸੈਨ ਫਰਮੈਂਦੇ ਵਹਿਣਾ ਕਿੰਨੇ, ਮੈਂ ਪਹਿਲੇ ਪੁਰਾਣੀ ਪੁਸ਼ਾਕ ਦੇ ਸ਼ੀਆ ਸੁਣੀਓ, ਪੁਰਾਣੀ ਪੁਸ਼ਾਕ ਦਾ ਨਾਂ ਆਇਆ ਮੇਰੀ ਯਾਕ ਆਜ਼ਾਦੀ ਫਰਮੇਦੀ ਹੈ। ਨਾ ਤੂੰ ਗਰੀਬ ਹੈ ਨਾ ਮੈਂ ਗਰੀਬ ਹਾਂ, ਮੈਂ ਉਸ ਮਾਂ ਦੀ ਧੀ ਹਾਂ ਜਿਹਦੇ ਕੋਲੋਂ ਤਸਾ ਕੱਪੜੇ ਮੰਗੇ, ਜੰਤੀ ਲਿਬਾਸ ਅੰਮਾ ਮੰਗਾ ਕੇ ਦਿੱਤੇ ਹਨ, ਜੰਤੀ ਲਿਬਾਸ ਮੰਗਾਵਾਂ। ਮੇਰੀ ਯਾਕ ਆਜ਼ਾਦੀ ਆਖੇ ਜੰਤੀ ਲਿਬਾਸ, ਸ਼ਬੀਰ ਫਰਮੈਦੇ ਮੇਰੇ ਕੋ ਜੰਤੀ ਲਿਬਾਸ ਨਹੀਂ ਚਾਹੀਦਾ। ਹੁਸੈਨ ਕੀਮਤੀ ਲਿਬਾਸ ਬਹਿਣ ਮੰਗਾ ਦੇਵੀ, ਮੇਰੀ ਯਾਕ ਆਜ਼ਾਦੀ ਦੇ ਜੁਮਲਾ ਮੁੱਕੇ। ਅਕਬਰ ਦਾ ਬਾਬਾ ਫਰਮੈਦੇ ਮੇਰੇ ਕੋ ਕੀਮਤੀ ਵੀ ਨਹੀਂ ਚਾਹੀਦਾ। ਹਾਏ ਕਰ ਸਕਦੇ ਹੋ, ਹਾਏ ਕਰਿਆ ਤੁਹਾਡੀਆਂ ਮਾਤਮਦਾਰੀਆਂ ਨਬੀ ਦੀ ਧੀ ਕਬੂਲ ਕਰੇ, ਤੁਹਾਡੀਆਂ ਜਵਾਨੀਆਂ ਸਲਾਮਤ ਹੋਣ, ਬਹੁਤ ਖੂਬਸੂਰਤ ਤੁਸੀਂ ਪੁਰਸਾ ਦਿੱਤਾ ਹੈ, ਤੁਹਾਡੀ ਅਜ਼ਾਦਾਰੀ, ਤੁਹਾਡੀ ਮਾਤਮਦਾਰੀ, ਤੁਹਾਡੀਆਂ ਮੁਕਾਣਾ, ਇਹ ਸਾਰਾ ਜਲੂਸ, ਇਹ ਮਾਤਮਦਾਰੀ, ਅਜ਼ਾਦਾਰੀ ਨਬੀ ਦੀਆਂ ਧੀਆਂ ਆਪਣੇ ਦਰਬਾਰ ਵਿੱਚ ਕਬੂਲ ਕਰਨ, ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰਨ। ਇਹ ਜੁਮਲੇ ਮੁੱਕਦੇ ਗਏ, ਨਦੀ ਦੀ ਧੀ ਆਖੇ ਨਾ ਕੀਮਤੀ ਮੰਗਦੇ ਨਾ ਜੰਤੀ ਮੰਗਦੇ, ਪੁਰਾਣੀ ਕਿਉਂ ਮੰਗਦੇ? ਹਾਏ ਨਿਕਲ ਗਈ ਸੀ ਉਸ ਬੰਦੀ ਦੀ ਜਿਹੜਾ ਜੁਮਲੇ ਤੇ ਧਿਆਨ ਕਰ ਸੀ। ਉਸ ਵੇਲੇ ਸ਼ਬੀਰ ਰੁਨੇ ਤੇ ਰੋ ਕੇ ਫਰਮੈਂਦੇ, ਨਰਵਾ ਜਿੰਨਾ ਨਾਲ ਮੇਰੀ ਜੰਗੋ ਕਿਰਾਏ ਦੇ ਕਾਸੇ ਲੈ ਲੈ, ਮੇਰੇ ਲਾਣ ਦੀ ਦੇਰ ਹੋਣੀ ਹੈ, ਕਿਸਾ ਮੇਰਾ ਅਮਾਮਾ ਲੁੱਟ ਲੈ ਵਜਣਾ ਹੈ, ਕਿਸਾ ਮੇਰੀ ਅਬਾ ਲੁੱਟ ਲੈ ਵਜਣੀ ਹੈ, ਕਿਸਾ ਮੇਰੀ ਕਬਾ ਲੁੱਟ ਲੈ ਵਜਣੀ ਹੈ। ਇੱਕ ਹਰਾਮਜ਼ਾਦਾ ਮੁੰਦਰੀ ਲਾਣ ਦੀ ਕੋਸ਼ਿਸ਼ ਕਰ ਸੀ, ਮੁੰਦਰੀ ਨਲਾ ਸੀ, ਮੇਰਾ ਹੱਥ ਪੱਥਰ ਤੇ ਲਾ ਕੇ ਤਲਵਾਰ ਦੇ ਨਾਲ ਮੇਰੀ ਉਂਗਲੀ ਕੱਪ ਕੇ ਆਪਣਾ ਮਤਲਬ ਕਰ ਸਪੁਰਦ ਕੀਤਾ। ਘੋੜੇ ਦੇ ਨੇੜੇ ਮੇਰੇ ਇਮਾਮ ਆਏ, ਜ਼ੀਨ ਨਜ਼ਰ ਆਈ, ਚਾਰੋਂ ਤਰਫ ਨਿਗਾਹ ਕੀਤੀ, ਆਲੀਅਨ ਕਰੀਬ ਸੜ ਕੇ ਫਰਮੈਂਦੇ ਨੇ ਜ਼ੀਨ ਰੱਖਣ ਵਾਲੇ ਤੇ ਮਾਰੇ ਗਏ, ਮੇਰੇ ਘੋੜੇ ਤੇ ਜ਼ੀਨ ਕਹਿ ਰੱਖੀਏ। ਲਾਹੌਰ ਦੀ ਮਲਕਾ ਸੈਣ ਦੇ ਦੋਵੇਂ ਹੱਥ ਸ਼ਬੀਰ ਦੇ ਕਦਮਾਂ ਤੇ ਆਏ, ਅਕਲ ਨੇ ਕਿਹਾ ਵੀ ਇਹ ਨੌਕਰ ਦੀ ਬਹਿਣ ਰੱਖੀਏ। ਮੇਰੇ ਇਮਾਮ ਨੇ ਚਾਇਆ ਬਹਿਣ ਨੂੰ ਹਾਂ ਨਾਲ ਲਾਇਆ, ਇੱਥੋਂ ਸੈਣ ਦਾ ਮੱਥਾ ਚੁੰਮ ਕੇ ਅਕਬਰ ਦਾ ਬਾਬਾ ਰੋ ਕੇ ਫਰਮੈਂਦੇ ਨੇ, ਮੈਨੂੰ ਜ਼ੈਨਬ ਕੁਲਸੂਮ ਦੀ ਤਰ੍ਹਾਂ ਪਿਆਰੀ ਹੈ, ਕਿਉਂ ਆਖੀ ਜੋ ਮੈਂ ਕਨੀਜ਼ ਦੀ ਧੀ ਹਾਂ? ਅਕਲ ਨੇ ਕਿਹਾ ਵੀ ਔਲਾਦ ਬਤੂਲ ਨਾਲ ਸਾਡਾ ਕਿਹੜਾ ਤਕਾਬੁਲ ਹੈ, ਅਸਾਂ ਤੁਹਾਡੀ ਕਨੀਜ਼ ਦੀਆਂ ਔਲਾਦਾਂ। ਮੈਂ ਗਾਜੀ ਡਾਵੀ ਵਾਲੀ ਰਾਤ ਜਿਹੜੀ ਸਾਰੀ ਗਲੀਆਂ ਬਾਜ਼ਾਰਾਂ 'ਚ ਮੁਕਾਣੇ ਜਲੀਆਂ ਨੇ, ਮਾਤਮਦਾਰੀ ਕੀਤੀ ਨੇ। ਮੇਰੀ ਆਕਾ ਦੇ ਸਾਹਮਣੇ ਜਨਾ ਸੈਨ ਪਿਆ, ਤੇ ਗਾਜ਼ੀ ਘੋੜਾ ਲੈ ਕੇ ਮੇਰੇ ਖੇਮੇ 'ਚ ਆਇਆ, ਮੇਰੇ ਸਾਹਮਣੇ ਜ ਹੱਥ ਜੋੜ ਕੇ ਆਦਾ ਹੀ, ਭੈਣ ਜਿਹੜਾ ਮੈਂ ਅਮਲ ਕਰਨਾ ਚਾਹੁੰਦਾ ਇੱਕ ਵਾਰੀ ਗੌਰ ਨਾਲ ਵੇਖ। ਮੈਂ ਆਖੇ ਅਮਲ ਜਿਹੜਾ ਮੇਕੂ ਦਿਖਾਵਣੀ, ਸ਼ਗਿਰਦਾਂ ਦਿਖਾ, ਪੁੱਤਰਾਂ ਨੂੰ ਵਿਖਾ। ਗਾਜ਼ੀ ਮੇਰੇ ਗੱਲ 'ਚ ਵਹੀ ਪਾ ਕੇ ਵਹਿਣ ਕਰਕੇ ਰੁਣਾ ਤੇ ਰੋ ਕੇ ਆਦਾ, ਜਿਸ ਵਾਸਤੇ ਦਿਖਾਵਣਾ ਚਾਹੁੰਦਾ ਹੈ ਉਹ ਇਹ ਜੋ ਕੱਲ ਡੀਗਰ ਦੇ ਟਾਈਮ ਘੋੜੇ ਤੇ ਜ਼ੀਨ ਰੱਖਣ ਵਾਲਾ ਹੁਸੈਨ ਦਾ ਰਾਣਾ ਕੋਈ ਨਹੀਂ, ਮੈਂ ਇਸ ਵਾਸਤੇ ਅਮਲ ਕਰਨਾ ਚਾਹੁੰਦਾ। ਗੌਰ ਨਾਲ ਵੇਖ, ਜਿਹੜੇ ਵੇਲੇ ਹੁਸੈਨ ਗਰੀਬ ਹੋਵੇ ਜ਼ੀਨ ਰੱਖ ਛੋੜੇ। ਇਮਾਮ ਘੋੜੇ ਦੀ ਜ਼ੀਨ ਤੇ ਆਇਆ, ਘੋੜੇ ਦੇ ਪਹਿਲੇ ਕਦਮ ਬਾਹਰ ਆਏ, ਇਸਬਾਲ ਮਜਾਲਸ ਲਿਖਦਾ ਮਜ਼ਲੂਮ ਦੇ ਘੋੜੇ ਦੇ ਕਦਮ ਰੁਕ ਗਏ। ਮੇਰੇ ਇਮਾਮ ਦੀ ਆਵਾਜ਼ ਆਈ, ਤੂੰ ਵੀ ਸਾਥ ਛੁੜੇ, ਮੇ ਜ਼ਬਾਨ ਦੀ ਆਵਾਜ਼ ਆਈ, ਸਾਥ ਨਾ ਛੁੜੇਂਦਾ ਮੇਰੀ ਮਜਬੂਰੀ ਹੈ। ਹੁਸੈਨ ਤੇ ਕਿਹੜੀ ਮਜਬੂਰੀ, ਮੇ ਜ਼ਬਾਨ ਤੇ ਮੇਰੇ ਪੈਰ ਦੇਖ। ਜਿਹਦੇ ਵੇਲੇ ਸ਼ਬੀਰ ਝੋਕੇ ਦਿੱਤਾ, ਚਾਰ ਸਾਲ ਦੀ ਧੀ ਘੋੜੇ ਦੇ ਸੁੰਮ ਨੱਪੀ ਬੈਠੀ ਹੈ, ਘੋੜੇ ਦੀ ਮਿਹਨਤ ਵਧੀ ਪਈ ਕਰਦੀ ਹੈ, ਸ਼ਬੀਰ ਨੂੰ ਆਦੀ ਹੈ ਮੇਰੇ ਬਾਬੇ ਨੂੰ ਮੈਦਾਨ ਨਾ ਲੈ ਵੰਜ, ਜਿਹੜੇ ਵਹਿੰਦਾ ਹੈ ਵੱਲਦਾ ਨਹੀਂ। ਹੁਸੈਨ ਧੱਖ ਮਾਰੀਏ ਧੀ ਨਹਾਨ ਨਾਲ ਲਾ ਕੇ ਫਰਮੈਂਦੇ, ਮੇਰਾ ਰਾਹ ਕਿਉਂ ਰੋਕੀ? ਨਿੱਕੇ ਨਿੱਕੇ ਹੱਥ ਜੋੜ ਗਿਆ ਦੀਏ, ਬਾਬਾ ਰਾਹ ਨਹੀਂ ਰੋਕਿਆ, ਧੀ ਮਿੰਨਤ ਕਰ ਦੀਏ, ਤੇ ਆਪ ਨਹੀਂ ਆਖਿਆ ਮੇਰੀ ਕਿਰਾਏ ਦੇ ਕਾਤਲਾਂ ਨਾਲ ਜਾਂਗੇ। ਹਾਂ ਮਾਸੂਮ ਬਾਬਾ, ਜਿਹੜੇ ਵੇਲੇ ਤੇਰਾ ਹਜਾ ਨਹੀਂ ਕਰਿੰਦੇ, ਇਹ ਤੇਰੀਆਂ ਬਹਿਣਾਂ ਦਾ ਹਜਾ ਕਰ ਸਨ? ਸਾਡੇ ਕਿਤਾਬ ਲਿਖਦੇ ਮਾਸੂਮ ਫਰਮਾਇਆ ਨਹੀਂ, ਨਿੱਕੇ ਨਿੱਕੇ ਹੱਥ ਜੋੜ ਗਿਆ ਦੀ ਧੀ ਮਿੰਨਤ ਕਰ ਦੀਏ, ਘੋੜੇ ਦਾ ਰਾਹ ਇਸ ਵਾਸਤੇ ਰੋਕੀਏ, ਤੂੰ ਇਮਾਮ ਏ ਤਾਕਤ ਰੱਖਦੇ, ਬਹਿਣਾ ਦੇ ਬੂਹੇ ਤੇ ਮਾਮਲ ਬਹਾ, ਪਰਦਾਦਾਰ ਬਹਿਣਾ ਨੂੰ ਮਾਮਲਾ ਤੇ ਸਵਾਰ ਕਰ, ਨਾਨੇ ਦੀ ਜ਼ਰੀ ਤੇ ਛੋੜੀ ਜਾ ਤੇ ਵੱਤ ਮੁਤਮੈਨ ਹੋ ਕੇ ਕਰਬਲਾ ਤੁਰ ਵਜੇ। ਉਹ ਛੋਟੀ ਔਲਾਦ ਵਾਲਾ ਧੀ ਦੀ ਭੋਲੀ ਗੱਲ ਹੁਸੈਨ ਸੁਣੀਏ, ਨਾਨਾ ਅਲੀ ਪੱਗ ਲਹਾ ਕੇ ਆਸਮਾਨ ਨੂੰ ਦਰਾਜ਼ ਕਰਕੇ ਦੇ, ਮੇਰਾ ਅੱਲਾ ਮੇਰੇ ਨਾਨੇ ਦੀ ਪੱਗ ਦਾ ਵਾਸਤੇ ਉਤਨੀ ਦੇਰ ਤੱਕ ਮੇਰੀ ਧੀ ਤੇ ਨੀਂਦਰ ਗਾਲਬ ਕਰ, ਜਿਤਨੀ ਦੇਰ ਤੱਕ ਮੈਂ ਆਖਰੀ ਸਜਦੇ ਦੀ ਤਿਆਰੀ ਨਾ ਕਰਾਂ। ਜਦੋਂ ਇਮਾਮ ਦੁਆ ਕਰਦੇ ਗਏ, ਉਦੋਂ ਧੀ ਸਮਝੀ ਗਈ, ਸੁੱਤੀ ਹੋਈ ਧੀ ਬਹਿਣ ਦੀ ਝੋਲੀ ਚ ਦਿੱਤੀ। ਆਲੀਆ
میری معصومت تیرے حوالے، کریم کربلا میدان چاہے اوکھا موڑے ستارویں قدم تے گھوڑے نوں پتہ لگے میرا سوار میری زین تو لہ گیا، چٹیاں ناریل ان جائے جی جھک نوں پانی آندا ہے، پہلے اپنا زخمی منہ مسعود دے پتر دے زخمی قدماں تے رکھے اس، زخمی قدماں تے راہ کے وات اپنی بولی چ بول کے آدا ہے میری مرضی تو لتھ ہے، میری غلطی تو لتھ ہے حسین دا نہیں، اپنی مرضی نال لتھ ہے شبیر دا نہیں، کیوں لتھ ہے؟ میرے امام فرماندے جی نانے دی امت چاندی آئی انج میں لے بیٹھا، جی لے کے نا جی نانے دی امت چاندی آئی میں لے بیٹھا، گھوڑے گوڈی لائی، گوڈی لا کے آدھے چاڑا، مظلوم آدھے میرے جسم وچ وافر مقدار وچ خون لڑ گئے، میں تیری زین تے نہ چڑھ سکدا، پت گوڈی دے نال پاسا لایا گھر بن کے جملہ سوچیا ہے ایدے بھی تیر ایدے بھی تیر، اے تیراں دے پر بنے ہوئے نام مرتجز دے، اتنے مسلمان تیر مارے جو تیراں دے گھوڑے دے پر بن گئے، اے مرتجز تو زلجنا بنے ہیں جو اتنے تیراں دے پر نظر آندے ہیں، وقت اس اپنا احساس نہیں کیتا، جس ویلے مظلوم آ کے نا میں نہیں چل سکتا، وقت اس پاسا لائے تے تیر دے جسم وچ کھپے نا تے خون فوارا بن کے باہر نکلے آتا ہے، ہن چڑا مظلوم آ تے نہ چل سکتا، جڑے دلیا کہ میں نہ چڑھ سکتا تو میرے امام آکھے جو میں چڑھ بھی سکا تے کین لے ویسے آدا میں نہ دشمنا تو تے نانے کو لے وینا، آواز آئی او دادا نبی چڑھوں دکھڑ، آواز آئی نانا آئی تے آ میں تے نجب تیرے بابے کو لے وینا، آواز آئی بابا بھی آیا کھڑے آ تیرے بھرا حسن کو لے وینا، حسن بھی آیا کھڑے بے زبان آدھے میں جاننا سارے آئے حسن تیری مان پردے دی مجبوری ہے، او آیت تطہیر دیوارا سے آ تیری زخمی پہلو دی ماں کھول کے نہ ونجا، او ماتمی نوجوان جس ویلے گسل جنا گل کیتی شبیر دی آواز آئی ہے سارے ہونا مار تو کی آ گئی ہے، میری مقتل گان میری ماں صاف کیتا، مت عرب دا کوئی سنگریزا میرے حسین نو تکلیف نہ دے، رون والے غیور مومنی نو سادات بے زبان آدھے مہربانی کر اوکھا سوکھا میری زین تے بہ، حسین آدھے اتنے ترلے کیوں کریں میں بے زبان آدھے تو ان بھی یاد ہے، میرے کو پوچھنا چاہنا ہے تو ویلا یاد کر، جدا تیرا بھی بچپن آئی میرا بھی بچپن آئی، تیرا نانا تیری ماں دی آکھا گوڈی لا میں گوڈی لائی، تیرے نانے آکھا پاسا لا میں پاسا لایا، تیرے نانے آکھا حسین گھوڑے دی زین تے سوار ہو سب میری زین تے سوار ہوئے، ویلا یاد تیرے نانے آکھا گھوڑا آرام نہ لوٹ میں اٹھیا، تیرے نانے آ کے میری دھی دی حویلی ٹرنا شروع کر میں ٹرن لگ پیا، میں کچھ قدم تے گیا حسین تین بھی یاد ہے میں بھی آج تک یاد ہے، کچھ قدم چایا ہے تیری ماں دا سجا ہاتھ میری واہ کے چایا ہے، کبے ہاتھ تیری ماں جو چائی بدی آئی تے زہرا رو رو کے آ دی آئی، جاؤں بھی کھا میری گلاں بھی سن دایا، آج دے میں میرے حسین وستی رتن چ پیار کیتا یہ کا ٹھجری دا محرم دی دھرتی دی گھر، جمعے دا ٹائم تے میرے حسین دا اکبر مارے میرا غریب کلا ہوئے وعدہ زہرا نال کر کلا تو نہ چھڑے سے، بے زبان آدھے میں تیری ماں نال وعدہ کیتا ہے، میں نے امام فرمائے میں تیرے نال وعدہ کرتا تو میری ماں دا حیا کیتا، میں تیرے نال وعدہ کرتا جتھے میرا ذکر ہو سی میرے منن والے تیری شبیہ بنے سے، دیاں میری ہو سن تے گل تیرے لگ سے تے دیگر دے ٹائم تیرے گل لگ کے میری دیاں وے کر کے رو رو کے پوچھن تا ساڈا دادا کے تھلا آئے، ایک اللہ ہو دیا کھڑی ہے جو بے زبان دی آواز ہے یہ زہرا تے جان مہربانی کر چڑھ سکدے تے چڑھ، حسین تے چڑھ نہ سکدا گردن جھکا میں تیری گردن وچ پائی پینا، بے زبان تے وقت کین لے ونا نہ نانے کول ونا نہ بابے کول نہ بھیرا کول نہ ماں بطول کول کن کن ونا، جتنے جوان بیٹھے ہو ماتمی نوجوانو جملے تدیر کرے شبیر ہے میں تنی گردن جبائی پہنا میں دی لاش تے لے وانجی دی داڑی ہون پہی لان دی گئی، میں نے اکبر دی لاش تے لے وائی شبیر گھوڑے دی گردن جبائی پہنی گھوڑے بجرا شروع کی دے اتھے لے جتھے اکبر دا جان جتھے حسین دا جوان بچڑا اکبر ہا سران دی آ گھوڑے لائے میرے ماں پتر دی سران دی یہ بیٹھے جو میں نمازی تشہد چبان دے سیدادا میں نکی نال پڑے من غازی دی علم دی کسے بے حسین پتر دا سار جھولی چپائے ایک واری رکسار سجا چمیے والکبہ رکسار چمیے آلا پتر نال حسین پیار پکرین دے دام
محرم ہے تے میں ہاتھ جوڑی کھلا سیدہ مسافرہ میرے کول نے مل بدل جملہ کوئی نہیں حالا تک حسین پتر نال پیار پکڑے دے یہ کرام دے شبیر دی کان دے ججرے رسالت دیتا ہے حسین دیا کوکا نکل گئی روک پر میں نگا دی جلدی آ میں غریب ہو میں غریب سمجھ کے لوگ مرے دے وسے میرے امام نے گھوڑے کی گردن چمائی پائی اتھوں تک آئے جتھے لتھے اتھے دفن نہیں جتھے لتھے اتھے کٹھے نہیں جتھے کٹھے سیدو تالا دادا اتھے دفن نہیں لتھے میرے الکما دا کنارا جتھے تیرا دربا چلیاں جھکی جا جتھے دفن اس مکتا تو تھوڑا جیا فاصل ہے رکھو میرے سر تے قرآن میں قرآن دی قسم ہے جتھے لتھے اس مقام تو لے گیا اکبر دے آنے آتے گھوڑے دی گردن چ بھائی پا کے آئے جس ویلے اس مقام تے آئے وقت مقتل گا تخشیا سری ہوئی جائے جویں نانے دی امت چاندی آئی کیڑیاں لفظ نال خدمت کرا کیویں نانے دی امت چاندی آئی اشارہ کرنا اٹھدا ہاتھ جھڑدا اٹھدا ہاتھ جھڑدا آخری سجدے دی تیاری پہ کر دے جو دھی دی اکھ کھلی چاروں طرف نگاہ کر کے آئی پھوپھی اما میرا بابا کت آواز آئی جھکی جا وتا تلاش کر رہے نکے نکے ہاتھ جوڑ کے آئی پھوپھی اما اجازت دے میں غریب کول وینی ہاں معصومہ دی آواز آئی سکینہ میرے روکوں نالے ہاتھ جڑے آئے سارے تر گئے اگر تیرے تے کوئی ظلم کرے سی میں کیویں روکے سا پھوپھی دلیل دتی اس پھوپھی اما میں سنی وتی ہے جدا دادے علی نے ضرب لگی آئی نو واری دروازے تے گئی آئی دادے نے ایک ضرب لگی آئی میرا سارا زخمی ہے مل گئی اس اجازت ایویں گھوڑیاں دے سمائی چو معصومہ راہ لیندی آئی ہے جد ویلے پیو دے سامنے آئی ہے اوکھا ووڑے سیدہ وقت منت پہ کرے نا انج پیو دے گل چ بائی پاون دے رادا کیتا تے معصومہ دے اباما پیو دے گل چ نہیں آئی حسین آدھے بات کوشت کر رو کیا لیے بابا مجبوری ہے کانیاں تیران دی علمی ہے تیری دھی دے ہاتھ چھوٹے شبیر تیر چھک چھک کے زمین تے رکھے اج ڈھیر لگے تے خون دا فوارا نکلی ہے دھی پیو دی جھولی چ بیٹھی انج کر کے دھی پیو دے خالی تلا ہاتھ رکھے ہے داری تلا ہاتھ رکھ دی گئی ہے شبیر دے سر دا خون دھی دے ہتھا تے آئے معصوم ہتھا تے پیو دا خون لے کے میری آکھ دی سر تے روائے بس دھی ہاتھ جوڑ کے آدھی ہے بابا یہ مارا نہ لیندا سا کون شبیر آدھے مسلمان پیو دے گل چ بائی پا کے آدھی اگر مارا نہ لے مسلمان انہ ناک میری دھی پی آدھی ہے ساڈا راہ چھوڑو بابا اس ملک تے رو وجیے جتھے مسلمان کوئی نہ ہوئے ਜਿਵੇਂ ਪਿਓ ਤੇ ਧੀ ਗੱਲਾਂ ਪੇ ਕਰਦੇ ਆ ਜੋ ਹਰਾਮ ਦਾਦਾ ਹੈ ਜੇ ਬੋਸੇ ਗਾਏ ਮੁਹੰਮਦ ਨੂੰ ਕਤ ਦੇਵਣਾ ਅਕਲ ਦੇ ਕਹਦੇ ਹੁਸੈਨ ਕੌਣ ਹੀ ਸ਼ਬੀਰਾ ਦੇ ਮੇਰੀ ਧੀ ਆਪ ਸਦੀ ਆਈ ਹੁਸੈਨਾ ਦੇ ਇਹਦੇ ਮੌਕੇ ਤੇ ਧੀਆਂ ਸਦੀ ਨੀਆਂ ਨਹੀਂ ਮਾਫ਼ੀ ਪਿਆ ਮੰਗਣਾ ਕੁੱਤੇ ਦਾ ਬੱਚਾ ਬਕਵਾਸ ਕਰਕੇ ਆਦੇ ਤੂੰ ਉਠਾਉਣੀ ਹੈ ਜਾਂ ਮੈਂ ਉਠਾਵਾ ਧੀ ਦਾ ਮੂੰਹ ਚੌਂਕੇ ਸ਼ਬੀਰਾ ਦਾ ਮੈਂ ਤਾਂ ਮੋਸਨ ਹੈ ਮੇਰਾ ਹਯਾ ਨਹੀਂ ਕਰੇਂਦਾ ਸਕੀਨਾ ਜਲਦੀ ਕਰ ਮੇਰੀ ਝੋਲੀ ਛੋੜ ਦੇ ਮਾਤਮੀ ਨੌਜਵਾਨੋ ਮਾਤਮ ਕਰੇ ਸੀਨਾ ਪਿਆਰਨ ਕਰੇ ਆਏ ਜਿਹੜੇ ਵੇਲੇ ਦੀਨ ਹੁਸੈਨ ਆਖੇ ਮੇਰੀ ਝੋਲੀ ਛੋੜ ਨਿੱਕੇ ਨਿੱਕੇ ਹੱਥ ਜੋੜ ਕੇ ਆਦੀ ਇਸ ਮਾਰਨਾ ਤੇ ਤੈ ਮਰੀਵਣਾ ਹੈ ਤੇਰੀ ਧੀ ਹੋ ਕੇ ਤੇਰੀ ਮਿੰਨਤ ਕਰੇ ਨੀ ਆ ਬਾਬਾ ਤੂੰ ਸਜਦੇ ਸਰ ਰੱਖ ਮੈਂ ਤੇਰੀ ਗਰਦਨ ਨਾਲ ਗਰਦਨ ਰੱਖੇ ਨੀ ਆ ਬਾਬਾ ਤੇਰੇ ਨਾਲ ਕੁਛ ਵੰਜਨ ਮੰਜ਼ੂਰ ਹੈ ਤੇਰੇ ਕਾਤਲਾਂ ਦੇ ਤਮਾਚੇ ਨਹੀਂ ਜੇ بھلا ہوگی بھائی باڈی جوانی سلامت ہوئے سونی قدر کی لیے تسا پتہ نہیں کہڑے رنگ چ دین اٹھایا سا شبیر دی دھی سات قدم دور حسین سجدے سر رکھیے اعتراض کرتے روندے روبیے نہیں تکے کریے اس حرام زادے نجس ہاتھ مظلوم دیا پاک زلف پائے اس پہلی سید و ضرب چلائیے دھی دیکھیے دوجی ضرب چلائیے سی دیکھیے تریجی ضرب چلائیے دھی دیکھیے چوتھی ضرب چلدی پئی آئی آخر دھی آئی برداشت نہیں کر سکی ایویں دوڑ کے لگی آئیے پیو دے قاتل دے سامنے ہاتھ جوڑے سے ہاتھ جوڑ کے آ دیے تے مارنے کس مریونے میں پوچھ دیا ایک لازا ہاتھ روک میں نے دس میرے جدی تیری دھی کوئی نہیں دھی تے میری بھی ہے سینا دی اس دھی دا واسطے ہی میرے غریب دے چھڑاون والا کوئی نہیں اس حرام دا تے کوئی حیا نہیں کیتا
ضربان سیا سنیو جلدی آیا یندھی منتا کریں دی رہی ستوی ضرب جلدی کھڑی آئی جو حسین دے لب متحرک ہوئے ایک امینہ سمجھے شاید حسین من بتوا کرے دے حسین دے لبا دے نال اس کلمہ جلائے غریب دی آواز پیان دی میں تے خنجار چلیں دے کیوں ہاتھ کب دائی تی میرا کون دیتائی گھبرا نہیں جنہ روکنا کس گئے نا موجود عباس بلال سید رو رو کیا میں کیوں بل بل دے پہنا سہمیا بندے کی پیرا بنایا دیمان نہیں سجاد میرا کے گش دے ویچ بیمار دے لڑان روا ਇਵੇਂ ਜ਼ਰਬਾ ਚੱਲਦੀਆਂ ਆਈਆਂ ਸ਼ਬੀ ਮੰਦਲ ਵਧਾਇਦੇ ਆਏ ਸ਼ੀਆ ਸੁਣਿਓ ਜੇ ਵੇਲੇ ਦਾਮੀ ਜ਼ਰਬ ਚੱਲੀਏ ਨਬੀ ਉੱਠੇ ਆਏ ਜਿੱਥੇ ਅਲੀ ਖਲੋਤੇ ਯਾ ਅਲੀ ਤੂੰ ਜਾ ਤੇਰਾ ਗਰੀਬ ਬਚਣਾ ਜਾਣੇ ਜੇ ਵੇਲੇ ਯਾਰਵੀਂ ਜ਼ਰਬ ਚੱਲੀ ਅਲੀ ਉੱਠੇ ਆਏ ਜਿੱਥੇ ਹਸਨ ਖੜੇ ਆਏ ਹਸਨ ਤੂੰ ਜਾ ਤੇਰਾ ਗਰੀਬ ਫਿਰਾ ਜਾਣੇ ਆਹ ਬਾਰਵੀਂ ਜ਼ਰਬ ਨਾਈ ਚੱਲੀ ਹਸਨ ਜ਼ਖਮੀ ਪਹਿਲੂ ਵਾਲੀ ਮਾਂ ਦੇ ਨੇੜੇ ਲਗਾਏ ਅਕਲ ਦੇ ਕਿਆ ਦੇ ਅੱਖਾਂ ਫਲੇਂਦੀ ਰਹੀਆਂ ਤੂੰ ਜਾਣ ਹੁਸੈਨ ਜਾਣੀ ਆਲਾ ਤੇਰੇ ਦਰਬ ਚੱਲੀ ਪਈ ਆਈ ਬਤੂਲ ਉੱਥੇ ਆਈ ਹੈ ਜਿੱਥੇ ਪ੍ਰੈਵੇ ਧੀਆਂ ਸਭ ਤੇ ਕੁਰਾਨ ਚਾਹੀ ਕਰ ਮਾਤਮ ਤੇਰੇ ਬਸ ਬਚ ਮਾਤਮ ਜੈ ਜੀ ਧੀਆਂ ਕੁਰਾਨ ਚਾਹ ਕੇ ਆਦੀਆਂ ਖੜੀਆਂ ਨੀ ਨੰਬਰ ਸਾਰਾ ਗਰੀਬ ਆ ਕੇ ਆਦੀਏ ਤੁਸਾਂ ਜਾਣੋ ਤੁਹਾਡਾ ਗਰੀਬ ਫਿਰਾ ਜਾਣੇ ਇਹਨੂੰ ਤੇਰੀ ਦਰਬ ਚੱਲੀ ਦੋ ਹਰਾਮ ਨਾ ਦੇ ਸ਼ਬੀਰ ਦੀਆਂ ਜ਼ੁਲਫਾਂ ਦਾ ਹੱਥ ਪਾਇਆ ਮਰ ਗਿਆ ਹੋਇਆ ਜੁਮਲਾ ਨਾ ਕੇ ਹਰਾਮ ਨਾ ਦਾ ਹੁਸੈਨ ਦਾ ਸਾਰੀ ਜਲੈ ਕੇ ਤੁਰਿਆ ਮਾਸੂਮਾ ਝੋਲੀ ਬਣਾਈ ਕਦੀਏ ਕਹਿ ਚੱਲੂ ਆਦੀ ਹੈ ਜਿੱਥ ਲੈ ਮੇਰੀ ਮੇਰੀ ਝੋਲੀ ਹੈ ਤੇਰਾ ਚ ਮਾਸ ਤੇ ਚੱਲੀ ਆ ਤੇ ਰੋ ਰੋ ਕੇ ਆਦੀ ਕਰੀਏ ਹੱਥ ਕਰ ਚੜ੍ਹਦੇ ਵਾਲੇ ਸਾਰੇ ਤਾਈ ਮਾਤਮ ਕਰਦੇ ਆ ਜਾਣੇ ਪੀਰ ਜਿਆ ਕੋਈ ਮਜ਼ਲੂਮ ਮਜ਼ਬਾਨ ਤੇ ਸ਼ਬੀਰ ਜਿਆ ਕੋਈ ਨਹੀਂ ਮਜ਼ਲੂਮ ਮਜ਼ਬਾਨ ਤੇ ਸ਼ਬੀਰ ਜਿਆ ਕੋਈ ਨਹੀਂ ਮਜ਼ਲੂਮ ਮਜ਼ਬਾਨ ਤੇ ਸ਼ਬੀਰ مظلوم مظمان تھے شبیر جیا کوئی نہیں مظلوم مظمان تھے شبیر جیا کوئی نہیں مظلوم مظمان تھے پڑھو 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 مظلوم مظمان تھے شبیر جیا کوئی نہیں 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 مظلوم زمان تھے شبیر جیا کوئی نہیں مظلوم زمان تھے شبیر تھے شبیر جیا کوئی نہیں شبیر جیا کوئی نہیں Yeah.
Yeah.
ਸਾਡੇ